ਉਹ ਲੋਕ ਬਹੁਤ ਖੁਸ਼ ਨਸੀਬ ਹੁੰਦੇ ਨੇ ਜਿਨ੍ਹਾਂ ਨੂੰ ਸਾਰੀ ਉਮਰ ਆਪਣੇ ਪਿਆਰ ਨਾਲ ਰਹਿਣ ਨੂੰ ਮਿਲਦਾ, ਤੇ ਮੈਂ ਉਹਨਾਂ ਚੋਂ ਹੈ ਨਹੀਂ। ਰਹਿ ਲੋ, ਤੁਹਾਨੂੰ ਕਿਸੇ ਨੇ ਰੋਕਿਆ? ਰੱਸਾ ਪਾਇਆ ਮੈਂ ਉਹਦੇ ਘਰ ਦੀ, ਤਾਂ ਰੋਕੂ ਗਈ। ਦੱਸ ਉਹਨੂੰ ਬਾਹਰ ਸੱਦ ਲਓ, ਘਰ ਜਾਓ ਨਾ। ਆਹੋ ਨਾ, ਬਾਹਰ ਕਿਰਾਏ ਤੇ ਮਕਾਨ ਲੈ ਲਾ। ਨਹੀਂ, ਪਾਰਕ ਚ ਬਹਿ ਜਾ ਕਰੋ। ਤੇ ਫਿਰ 9 ਤੋਂ 5 ਪਾਰਕ ਚ ਬਹਿ ਕੇ ਘਰ ਆ ਜਾ ਕਰ। ਕਿਰਾਏ ਤੇ ਮਕਾਨ ਕਿਰਾਏ ਦੇਣਾ ਕਿੱਥੋਂ ਆ? ਉਹ ਤੇ ਦੇਗੀ ਨੀ। ਕਿਉਂ ਗੰਦ ਹੋਗੀ? ਕੁੜੀਆਂ ਦਿੰਦੀਆਂ ਨੇ, ਖਾਂਦੀਆਂ ਨੇ। ਆ ਦੇਖ ਲਾ, ਕੁੜੀ ਹੋ ਕੇ ਕੁੜੀਆਂ ਬਾਰੇ ਕਿੱਦਾਂ ਬੋਲਦੀ ਆ। ਸ਼ਰਮ ਦਾ ਘਾਟਾ ਤੈਨੂੰ ਹੈ? ਅਗਲੀ ਰਿਚ ਫੈਮਿਲੀ ਚ ਸ਼ਾਦੀ ਮੈਰਿਡ ਹੋਈ ਆ। ਹਾਂ, ਮੈਰਿਡ ਹੋਈ ਆ। 100 ਰੁਪਏ ਮੰਗਾ ਕੇ ਦੇਖ ਲਓ, ਮੰਨ ਜਾਊਂਗੀ। ਫਿੱਟੇ ਮੂੰਹ ਤੇਰੇ ਪੈਸਾ ਮੰਗਣਾ ਤੇ 100 ਮੰਗਾ ਮੈਂ ਸਿਰਫ, ਹੈ? ਲੱਖਾਂ ਦੀ ਗੱਲ ਕਰੀਦੀ ਆ। ਮੰਗਾ ਕੇ ਤੇ ਦੇਖੋ, ਲੱਖ ਹੀ ਮੰਗਾ ਲਓ। ਚੱਲ ਦੱਸ, ਤੂੰ ਮੈਨੂੰ ਭੇਜ ਦੂੰਗੀ ਜੇ ਮੈਨੂੰ ਲੋੜ ਹੋਵੇ? ਜਿੱਦਾਂ ਨਹੀਂ ਨਾ ਭੇਜਿਓ, ਮੈਂ ਦੱਸ ਰਹੀ ਹਾਂ ਨਾ ਤੁਹਾਨੂੰ। ਜਾਣ ਦੇ ਦੂ ਅਗਲੀ ਕਿੱਥੋਂ, ਉਹਨੂੰ ਕਹੋ ਉੱਪਰ ਛਲਾਂਗ ਮਾਰ ਕੇ ਦਿਖਾ। ਤੂੰ ਉਹਦਾ ਸਿਆਪਾ ਪਾਉਣ ਨੂੰ ਫਿਰਦੀ, ਭੋਗੀ ਪਵਾ ਦੇਵੇ, ਫਿਰ ਮੈਂ ਬਾਹਰ ਚੀਕੂ ਪੈਣਾ? ਹੈ, ਤੇਰੀ ਫੋਟੋ ਨਾ ਬਣਾ ਕੇ ਲਾਸ਼ ਨਾ ਪੈਣਾ ਬਾਹਰ ਬਾਹਰ ਪੈ ਜਾਣਾ ਉਹਦੇ ਨਾਲ। ਚੱਲ ਛੱਡ, ਇਹਨੂੰ ਤੂੰ ਇਗਨੋਰ ਕਰ, ਇਹ ਤਾਂ ਬੋਲਦੀ ਰਹਿੰਦੀ ਆ। ਉਹ ਤੇ ਬੋਲਦੀ ਨਹੀਂ, ਤੇ ਗੂੰਗੀ ਹੈ ਨਾ ਜਿੱਦਾਂ। ਤੈਨੂੰ ਕਿੱਦਾਂ ਪਤਾ? ਮੈਂ ਤੁਹਾਨੂੰ ਪੁੱਛਦੀ ਹਾਂ। ਗੂੰਗੀ ਆ? ਗੂੰਗੀ ਆ, ਉਹ ਥੋੜੀ ਡਿਫੈਕਟਡ। ਡਿਫੈਕਟਡ ਨਹੀਂ, ਗੂੰਗੀ ਡਿਫੈਕਟਡ ਹੁੰਦੀ ਆ। ਸੁਣਦੀ ਕਿੱਦਾਂ ਹੋਣੀ? ਇਹਨੂੰ ਇਗਨੋਰ ਕਰ, ਮੈਂ ਤੈਨੂੰ ਹਾਲੇ ਵੀ ਬਹੁਤ ਪਿਆਰ ਕਰਦਾ। ਚੱਲ ਧਿਆਨ ਰੱਖੀ, ਓਕੇ ਬਾਏ। ਸਬਜ਼ੀ ਚ ਪਾ ਕੇ ਖਾ ਲਈ, ਜੋ ਵੀ ਦਿੱਤਾ ਗੈਰ ਦਿੱਤਾ ਤਾਂ ਬਾਈ ਯਾਰ, ਤੂੰ ਮੈਂਟਲੀ ਆ।